ਝਾਂਜਰ ਟੀਵੀ ਸ਼ੋਅ ਦੇ ਇਸ ਇੰਟਰਵਿਊ ਸੈਕਸ਼ਨ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਨਾਲ ਇੰਟਰਵਿਊ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਕਿਸੇ ਆਪਣੇ ਖਾਸ ਫੀਲਡ ਦੇ ਵਿੱਚ ਕੰਮ ਕੀਤਾ ਹੋਵੇ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਇੰਦਰਜੀਤ ਹਸਨਪੁਰੀ ਜੋ ਕਿ ਪੰਜਾਬੀ ਦੇ ਬਹੁਤ ਹੀ ਸਰਮੌਰ ਗੀਤਕਾਰ ਫਿਲਮਕਾਰ ਉਹਨਾਂ ਨੇ ਕਾਫੀ ਕੰਮ ਕੀਤਾ ਇਸ ਫਿਲਮਾਂ ਦੇ ਵਿੱਚ ਤੇ ਗੀਤਕਾਰੀ ਦੇ ਵਿੱਚ। ਅਸੀਂ ਉਹਨਾਂ ਨਾਲ ਇੰਟਰਵਿਊ ਕੀਤੀ ਸੀ ਜਦੋਂ ਕੈਨੇਡਾ ਆਏ ਸੀ। ਚਾਹੇ ਉਹ ਸਾਡੇ ਵਿੱਚ ਹੁਣ ਨਹੀਂ ਹਨ ਪਰ ਫਿਰ ਵੀ ਉਹਨਾਂ ਦੀ ਯਾਦ ਉਹਨਾਂ ਨੇ ਕੀਤੀਆਂ ਹੋਈਆਂ ਗੱਲਾਂ ਹਮੇਸ਼ਾ ਸਾਡੀ ਜ਼ਿੰਦਗੀ ਦਾ ਹਿੱਸਾ ਰਹਿਣਗੀਆਂ। ਜਿਵੇਂ ਤੁਸੀਂ ਲਾਸਟ ਟਾਈਮ ਉਸਦਾ ਪਹਿਲਾ ਭਾਗ ਦੇਖਿਆ ਸੀ, ਲਓ ਪੇਸ਼ ਹੈ ਉਸੇ ਇੰਟਰਵਿਊ ਦਾ ਦੂਸਰਾ ਭਾਗ। ਹਸਨਪੁਰੀ ਸਾਹਿਬ, ਤੁਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਇੰਟਰੋਡਿਊਸ ਕੀਤਾ ਹੈ ਫਿਲਮ ਇੰਡਸਟਰੀ ਦੇ ਵਿੱਚ, ਗਾਇਕੀ ਦੇ ਵਿੱਚ। ਫਿਲਮ ਦੇ ਵਿੱਚ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਤੁਸੀਂ ਇੰਟਰੋਡਿਊਸ ਕੀਤਾ ਹੈ ਅਤੇ ਉਸਨੇ ਫਿਲਮਾਂ ਦੇ ਵਿੱਚ ਆਪਣਾ ਨਾਮ ਕਮਾਇਆ ਹੈ? ਉਹ ਤੇਰੀ ਮੇਰੀ ਇੱਕ ਜਿਹੜੀ ਮੇਰੀ ਪਹਿਲੀ ਫਿਲਮ ਸੀਗੀ ਜਿਹਦਾ ਗੀਤ ਤੁਸੀਂ ਬੜਾ ਮਸ਼ਹੂਰ ਹੋਇਆ ਸੁਣਿਆ, ਅੱਜ ਤੱਕ ਵੀ ਚੱਲਦਾ ਹੈ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਦੱਸ ਕੀ ਕਰ। ਆਸ਼ਾ ਬਾਰ ਕਿਹਦੇ ਨਾਲ ਸੀ? ਨਹੀਂ, ਇਹ ਦਿੰਦੇ ਬੀਬਾ ਨੇ ਗਾਇਆ ਸੀ ਫਿਲਮ ਦੇ ਵਿੱਚ। ਫਿਲਮ ਦੇ ਵਿੱਚ ਦਿੰਦੇ ਬੀਬਾ ਨੇ ਗਾਇਆ ਸੀ ਅਤੇ ਉਹਦੇ ਵਿੱਚ ਜਿਹੜੀ ਹੀਰੋਇਨ ਸੀ ਉਹ ਮੀਨਾ ਰਾਏ ਸੀ, ਮੀਨਾ ਰਾਏ ਸੀਗੀ ਅਤੇ ਵਰਿੰਦਰ ਹੀਰੋ ਸੀ। ਵਰਿੰਦਰ ਦੀ ਇਹ ਪਹਿਲੀ ਫਿਲਮ ਸੀਗੀ ਤੇਰੀ ਮੇਰੀ ਜਿਹੜੀ, ਇਹਨੂੰ ਮੈਂ ਫਗਵਾੜੇ ਤੋਂ ਵਰਿੰਦਰ ਨੂੰ ਇੰਟਰੋਡਿਊਸ ਕਰ ਲਵਾਂ, ਇੰਟਰੋਡਿਊਸ ਮੈਂ ਕੀਤਾ ਸੀ। ਮੇਰ ਮਿੱਤਲ ਦੀ ਵੀ ਪਹਿਲੀ ਫਿਲਮ ਸੀ ਇਹ ਜਿਹੜੀ ਤੇਰੀ ਮੇਰੀ ਜਿੰਦਗੀ। ਇਹ ਦੋ ਬੰਦੇ, ਫਿਰ ਇੱਕ ਵਿਜੇ ਟੰਡਨ ਮੁੰਡਾ ਉਹਦੇ ਵਿੱਚ ਸਾਡੇ, ਉਹ ਵੀ ਇੱਕ ਸਾਈਡ ਤੇ ਹੈਗਾ ਛੋਟਾ ਜਿਹਾ, ਉਹ ਫਿਰ ਦੋ ਚਾਰ ਫਿਲਮਾਂ ਚ ਹੀਰੋ ਵੀ ਆਇਆ ਤੇ ਅੱਜ ਕੱਲ ਉਹ ਪ੍ਰੋਡਿਊਸਰ ਫਿਰ ਬਣੇ ਆ, ਉਹਦੇ ਫਿਲਮਾਂ ਬਣਾਈਆਂ ਤੇ ਅੱਜ ਕੱਲ ਉਹਦੀ ਲੜਕੀ ਜਿਹੜੀ ਹੈ ਉਹਨੇ ਸਤਿ ਸ੍ਰੀ ਅਕਾਲ ਦੇ ਵਿੱਚ ਹੀਰੋਇਨ ਦਾ ਰੋਲ ਕੀਤਾ, ਕਾਫੀ ਤਰੱਕੀ ਕਰ ਗਿਆ ਉਹ ਮੁੰਡਾ। ਇਸ ਤਰ੍ਹਾਂ ਹੋਰ ਵੀ ਕਈ ਬੰਦੇ ਮੈਂ ਇੰਟਰੋਡਿਊਸ ਕੀਤੇ। ਦਾਜ ਫਿਲਮ ਬਣਾਈ, ਫਿਰ ਮੈਂ ਦਾਜ ਦੇ ਵਿੱਚ ਮੈਂ ਦਲਜੀਤ ਕੌਰ ਤੇ ਧੀਰਜ ਕੁਮਾਰ ਨੂੰ ਲੈ ਕੇ ਆਇਆ, ਉਹ ਵੀ ਤੁਸੀਂ ਇੰਟਰੋਡਿਊਸ ਉਹਨੂੰ ਇੰਟਰੋਡਿਊਸ ਕੀਤਾ ਤੇ ਦਰਸ਼ਨ ਬੱਗੇ ਨੂੰ ਇੰਟਰੋਡਿਊਸ ਕੀਤਾ। ਇਸ ਤਰ੍ਹਾਂ ਨਾਲ ਹੋਰ ਗਏ ਆਪਣੇ ਸਾਹਿਬਜੀਤ ਮਾਂਗਟ ਹੈ ਜਿਹਨੂੰ ਕਿਤੇ ਆਦੀ ਰਾਣੀ ਕਿਹਾ ਜਾਂਦਾ, ਉਹਨੂੰ ਵੀ ਮੈਂ ਇੰਟਰੋਡਿਊਸ ਕੀਤਾ। ਤੇ ਮੈਂ ਇਹ ਸਮਝਦਾ ਵੀ ਪੰਜਾਬ ਦੇ ਸਿੰਗਰਾਂ ਨੂੰ ਪਹਿਲੀ ਵਾਰ ਬੰਬਈ ਮੈਂ ਲੈ ਕੇ ਗਿਆ, ਜਿਨ੍ਹਾਂ ਨੇ ਬੀਬਾ ਨੇ ਰਫੀ ਨਾਲ ਗਾਏ, ਕੇ ਦੀਪ ਨੇ ਮੇਰੀ, ਹਾਂਜੀ ਉਹ ਬੀਬਾ ਦਾ ਬੜਾ ਮਸ਼ਹੂਰ ਗੀਤ ਹੈ ਰਫੀ ਦੇ ਨਾਲ, ਇੰਨੇ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨਾਲੇ ਵੰਗ ਟੁੱਟ ਗਈ ਨਾਲੇ ਬਾਂਹ ਟੁੱਟ ਗਈ। ਫਿਰ ਇਹਦਾ ਮੈਂ ਕੇਦੀਪ ਤੋਂ ਗਵਾਇਆ, ਮੇਰ ਮਿੱਤਲ ਦੇ ਬੈਕਗਰਾਊਂਡ 'ਚ ਉਹਨੇ ਗਾਇਆ, ਹਮ ਛੜੇ ਵਕਤ ਕੋ ਬੜੇ ਤੁਮੰਜਾ ਮੋਟੋ ਨੀ, ਹਮਰੇ ਦਿਲ ਮੇ ਬਸ ਗਈ ਤੁਮਰੀ ਫੋਟੋ ਨੀ, ਇਹ ਦਾਜ ਫਿਲਮ ਸੀਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰਾ ਕੰਮ ਬੰਦੇ ਜਿਹੜੇ ਮੈਂ ਇੰਟਰੋਡਿਊਸ ਕੀਤੇ ਫਿਲਮਾਂ 'ਚ। ਜਦੋਂ ਤੁਸੀਂ ਫਿਲਮਾਂ ਕਰ ਰਹੇ ਸੀ ਇਨ ਬਿਟਵੀਨ, ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਸੀ, ਜਿਸ ਤੱਕ ਮੈਨੂੰ ਯਾਦ ਆ ਕਿਉਂਕਿ ਮੈਂ ਵੀ ਲੁਧਿਆਣੇ ਨੂੰ ਬਿਲੋਂਗ ਕਰਦਾ, ਤੁਸੀਂ ਥੋੜਾ ਬਹੁਤ ਕੰਮ ਦੂਰਦਰਸ਼ਨ ਤੇ ਵੀ ਕੀਤਾ? ਹਾਂਜੀ, ਦੂਰਦਰਸ਼ਨ ਤੇ ਮੈਂ ਟੈਲੀ ਫਿਲਮਾਂ ਵੀ ਬਣਾਈਆਂ ਜੀ ਉਹਨਾਂ ਵਾਸਤੇ ਬਹੁਤ, ਜਿਹਦੇ ਵਿੱਚ ਮੈਂ, ਮੇਰੀ ਇੱਕ ਫਿਲਮ ਸੀ ਸਾਡਾ ਪਿੰਡ ਜਿਹੜੀ ਦੂਰਦਰਸ਼ਨ ਲਈ ਬਣਾਈ, ਉਹਦੇ ਵਿੱਚ ਸੁਰਿੰਦਰ ਛਿੱਲਾ, ਮੁਹੰਮਦ ਸਦੀਕ ਹੈ ਤੇ ਕੇਦੀਪ, ਇਹ ਸਾਰੇ ਕਈ ਸਿੰਗਰ ਮੈਂ ਉਹਦੇ ਵਿੱਚ ਲੈ ਕੇ ਕੰਮ ਕੀਤਾ ਤੇ ਉਹ ਬੜੀ ਕਾਮਯਾਬ ਸਾਡੀ ਫਿਲਮ ਗਈ ਔਰ ਬੜੀ ਪਸੰਦ ਕੀਤੀ ਗਈ, ਲੋਕਾਂ ਨੇ ਬੜੀ ਐਪਰੀਸ਼ੀਏਟ ਹੋਈ ਉਹ ਫਿਲਮ। ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਹੋਰ ਬਣਾਈ ਉਜਾੜ ਦਾ ਸਫ਼ਰ। ਉਜਾੜ ਦੇ ਸਫ਼ਰ ਦੇ ਵਿੱਚ ਸਟੋਰੀ ਮੈਂ ਪਹਿਲੀ ਵਾਰ ਜਦੋਂ ਬਾਹਰੋਂ ਲਈ ਨਹੀਂ ਤਾਂ ਮੈਂ ਆਪ ਹੀ ਲਿਖਦਾ, ਉਹ ਸੁਰਿੰਦਰ ਰਾਮਪੁਰੀ ਹੈ ਸਾਡੇ ਦੋਸਤ ਨੇ, ਉਹਨਾਂ ਦੀ ਕਹਾਣੀ ਮੈਨੂੰ ਪਸੰਦ ਆ ਗਈ, ਉਹਦੇ 'ਤੇ ਮੈਂ ਕੰਮ ਕਰਕੇ ਉਹਨੂੰ ਫਿਲਮੀ ਸ਼ਕਲ ਦੇ ਕੇ ਉਹਦਾ ਸਕ੍ਰਿਪਟ ਤਿਆਰ ਕੀਤਾ ਅਤੇ ਉਹ ਬੜਾਈ ਉਜਾੜ ਦਾ ਸਫ਼ਰ, ਉਹ ਵੀ ਬਹੁਤ ਪਸੰਦ ਕੀਤੀ ਗਈ। ਸੋ ਇਸ ਤਰ੍ਹਾਂ ਫਿਰ ਮੈਂ PAU ਲਈ ਵੀ ਕੰਮ ਕੀਤਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਸਤੇ ਉਹਨਾਂ ਲਈ ਕੁਝ ਡਾਕੂਮੈਂਟਰੀ ਬਣਾਈ ਹਾਂ ਔਰ ਦੂਰਦਰਸ਼ਨ ਲਈ ਹੋਰ ਵੀ ਬਣਾਈਆਂ ਉਹਨਾਂ ਤੋਂ ਬਿਨਾਂ। ਇੱਕ ਮੈਂ ਪੰਜਾਬੀ ਫਿਲਮਾਂ ਦਾ ਪਹਿਲਾ ਦੌਰ ਅਤੇ ਪੰਜਾਬੀ ਫਿਲਮਾਂ ਦਾ ਦੂਜਾ ਦੌਰ, ਦੋ ਫਿਲਮਾਂ ਇਹ ਬਣਾਈਆਂ, ਹੋਰ ਵੀ ਬਣਾਈਆਂ ਅਤੇ ਫਿਰ ਮੈਂ PAU ਲਈ ਵੀ ਕੀਤਾ। ਸੋ ਇਸ ਤਰ੍ਹਾਂ ਨੈਸ਼ਨਲ ਪ੍ਰੋਗਰਾਮ ਦਿੱਲੀ ਵਾਸਤੇ ਵੀ ਮੈਂ ਇੱਕ ਵਾਰੀ 8 ਗੀਤ ਬਣਾ ਕੇ ਉੱਥੋਂ ਮੇਰੇ ਚੱਲੇ, ਉਹ ਵੀ ਬਹੁਤ ਬੇਹੱਦ ਪਸੰਦ ਕੀਤੇ ਗਏ, ਜਿਹਦੇ ਵਿੱਚ ਮਾਣਕ ਨੇ, ਸਦੀਕ ਨੇ, ਛਿੱਲੇ ਹੋਣਾ ਨੇ, ਇਹਨਾਂ ਸਾਰਿਆਂ ਨੇ ਗੀਤ ਗਾਏ ਸਨ। ਅਤੇ ਪੰਜਾਬ ਦਾ ਤੁਸੀਂ ਹੈਰਾਨ ਹੋਵੋਗੇ ਵੀ ਸ਼ਾਇਦ ਹੀ ਕੋਈ ਸਿੰਗਰ ਹੋਵੇ ਜਿਹਨੇ ਮੇਰਾ ਗੀਤ ਨਹੀਂ ਗਾਇਆ, ਜਿਹੜੇ ਵੀ ਪੁਰਾਣੇ ਗਾਉਣ ਵਾਲੇ ਸੀਗੇ ਸਭ ਨੇ ਮੇਰੇ ਗੀਤਾਂ ਨੂੰ ਆਪਣੀਆਂ ਸੋਹਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ। ਜਿਵੇਂ ਕਿ ਅਸੀਂ ਇੰਦਰਜੀਤ ਜੀ ਨਾਲ ਗੱਲ ਕਰ ਰਹੇ ਹਾਂ, ਇੱਕ ਸਵਾਲ ਮੈਂ ਵੀ ਉਹਨਾਂ ਨੂੰ ਕਰਾਂਗਾ ਕਿ ਜਿਵੇਂ ਅੱਜ ਦੇ ਇਸ
टाइम दे विच जदों उन्होंने बहुत सारिया फिल्मां कीतियां हन, बहुत सारे गीत लिखे हन, काफ़ी काम करन तो बाद वह की समझते हैं कि साड़ी जो पंजाबी गायकी है अज के युग दे विच कित्थे खड़ी है? गीत साड़ा पहला नालों पिछे चलिया गया, अगे नहीं बढ़िया। अफसोस यह है भी अगर जी साडे उस्तादी शिगिरदी जो रिवाज से ना उहदे विच उस्ताद जिहड़ा सी कन्न खिच के रखना सी, वह गलत काम कर नहीं सी दिंदे सानू। अजी वह इतों तक कि चपेड़ा तक मार देंदे सी भी तू ये लाइन फलाने की चोरी की है, क्यों की है। अजक इस गल कोई पुछता नहीं। हूँ अजक तो यह है भाई उस्ताद की कहते लौड़ ही नहीं है, जमदे ही उस्ताद ने। सो इस तरह ना वो कचियाई विच हैगी है, और कुछ लोग वो ने जिन्होंने कल्चर बारे पूरा पता नहीं है। आप हम मर जानी है लफज कह रहे हैं तिया भैन छोटिया निकिया निकिया ये अपनी महबूब न मर जानी कही जाते हैं। इन्हों ये नहीं पता भी कल्चर साड़ा की है, क्यों भी किनू कहना चाहिए किनू नहीं कहना चाहिए। वो अपने जने पंजाबीयत लिया भी असं जी पेंडू कल्चर लिया रहे हैं, पर यह नहीं सोचते भी सानू यह कहना बनता कि नहीं बनता। हूँ अजक गीतों से साडे गीतों से इन्ना फर्क है। मेरा गीत से भाभी बारे झूठ जे मैं बोला सड़ जाए जबान नहीं, वड्डी भाभी होंगी मावां दे समान। तो असी अपने रिश्तियां नूं यह दर्जा दिंदे सी, अज यह दर्जा जिहड़ा है ना वह साडे इत्थों खिसकदा जा रहा है। हाँ, लोग भुलते जा रहे हैं अपने इन्हां गल्लां नूं। सानू अपने कल्चर दे नाल जुड़ के पिछोकड़ नाल जुड़ के और अपने कल्चर नूं अपने सभ्याचार नूं चंगी तरह समझ के फिर ही कुछ लिखना चाहिए। जे सानू अपने कल्चर बारे पता नहीं है तो सानू इहो जिहियां गल्लां नहीं करनियां चाहीदियां।